ਹਾਂਜੀ ਕੀ ਹਾਲ ਚਾਲ ਆ ਜੀ ਤੁਹਾਡਾ? ਸਾਰਿਆਂ ਦਾ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ। ਮੇਰੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ ਜਿਸ ਚੀਜ਼ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ, ਤੁਸੀਂ ਥੰਬਨੇਲ ਤੇ ਪੜਿਆ ਹੋਵੇਗਾ ਕਿ SBI ਸਪੈਸ਼ਲਿਸਟ ਕੈਡਟ ਆਫਿਸਰ ਦੇ ਜੋ ਫੋਰਮ 2021 'ਚ ਨਿਕਲੇ ਸੀ ਉਸਦੇ ਐਡਮਿਟ ਕਾਰਡ ਆਊਟ ਹੋ ਗਏ ਹਨ ਜੀ, ਕਾਲ ਲੈਟਰ ਇੰਟਰਵਿਊ ਲਈ। ਅਤੇ ਅਸੀਂ ਉਸ ਬਾਰੇ ਅੱਜ ਚਰਚਾ ਕਰਾਂਗੇ। ਚਲਦੀ ਚਲਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਲਾਈਕ ਤੇ ਜ਼ਰੂਰ ਕਰ ਦਿਓ, ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਤਾਂ ਜੋ ਭਾਰਤੀ ਰਿਲੇਟਡ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਤੱਕ ਮੇਰੀਆਂ ਸਭ ਤੋਂ ਪਹਿਲਾਂ ਪਹੁੰਚ ਸਕੇ। ਹਾਂਜੀ ਅਤੇ ਨਾਲ ਦੀ ਨਾਲ ਬੈੱਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਵੀਡੀਓ ਮੇਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਵੇਂ ਹੀ ਮੈਂ ਅਪਲੋਡ ਕਰਾਂ। ਹਾਂਜੀ ਤੁਸੀਂ ਦੇਖ ਸਕਦੇ ਹੋ SBI ਪੜ੍ਹ ਸਕਦੇ ਹੋ ਇੱਥੇ SBI ਸਪੈਸ਼ਲਿਸਟ ਕੈਡਟ ਆਫਿਸਰ ਐਡਮਿਟ ਕਾਰਡ 2021 ਇੰਟਰਵਿਊ ਕਾਲ ਲੈਟਰ ਡਾਊਨਲੋਡ। ਅਤੇ ਹਾਂਜੀ ਤੁਹਾਨੂੰ ਸਿੱਧਾ ਹੀ ਲਿੰਕ 'ਤੇ ਲੈ ਕੇ ਚੱਲਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਇੰਟਰਵਿਊ ਐਡਮਿਟ ਕਾਰਡ ਐਡਵਰਟਾਈਜ਼ ਨੰਬਰ 15/2021-22 ਹਾਂਜੀ ਇਸ 'ਤੇ ਅਸੀਂ ਕਲਿੱਕ ਕਰਦੇ ਹਾਂ। ਕਲਿੱਕ ਕਰਕੇ ਤੁਸੀਂ ਸਾਹਮਣੇ ਦੇਖ ਸਕਦੇ ਹੋ SBI ਦੀ ਜੋ ਸਾਈਟ ਖੁੱਲ੍ਹ ਗਈ ਹੈ ਜੀ, ਰਿਕਰੂਟਮੈਂਟ ਆਫ ਸਪੈਸ਼ਲ ਕੈਡਟ ਆਫਿਸਰ ਔਨਲਾਈਨ ਰੈਗੂਲਰ ਬੇਸਿਸ ਦੀ ਕਾਲ ਲੈਟਰ ਫੋਰ ਇੰਟਰਵਿਊ। ਤੁਸੀਂ ਇੱਥੇ ਲੌਗਇਨ ਕਰਨਾ ਹੈ ਜੀ, ਹਿੰਦੀ ਇੰਗਲਿਸ਼ ਭਰ ਕੇ ਆਪਣਾ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਜੋ ਤੁਹਾਨੂੰ ਮਿਲਿਆ ਸੀ ਤੁਸੀਂ ਪਾਸ ਹੋਏ ਸੀ ਜਿਸ ਵਿੱਚੋਂ, ਅਤੇ ਇੱਥੇ ਆਪਣਾ ਡੇਟ ਆਫ ਬਰਥ ਭਰ ਕੇ ਆ ਨੰਬਰ ਤੁਸੀਂ ਇਸ ਵਿੱਚ ਭਰ ਦੇਣਾ ਹੈ ਜੀ ਇਮੇਜ ਦਾ, ਅਤੇ ਲੌਗਇਨ ਕਰ ਦੇਣਾ ਹੈ ਤੁਸੀਂ, ਤੁਹਾਡਾ ਐਡਮਿਟ ਕਾਰਡ ਆਊਟ ਹੋ ਜਾਏਗਾ। ਅਤੇ ਤੁਸੀਂ ਦੇਖ ਸਕਦੇ ਹੋ ਕਾਲ ਲੈਟਰ ਜੋ ਕਿ 3/1 ਤੋਂ ਸਟਾਰਟ ਹੋ ਗਏ ਸੀ, ਅਤੇ ਕੌਮਸਮੈਂਟ ਜੇ ਜੋ ਫੋਰਮ ਸੀ ਉਹ ਤੁਸੀਂ ਦੇਖ ਸਕਦੇ 3 ਤੋਂ ਸਟਾਰਟ ਹੋ ਗਏ, ਪਰ ਜਿਹੜੇ ਕਲਰਸ ਕਾਲ ਲੈਟਰ ਡਾਊਨਲੋਡ ਹੋਣਗੇ ਜੀ 13/1/2022 ਤੋਂ ਉਹ ਸਟਾਰਟ ਹੋਣਗੇ। ਅਤੇ ਥੱਲੇ ਇੰਸਟਰਕਸ਼ਨ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ, ਹਾਊ ਡਾਊਨਲੋਡ ਕਾਲ ਲੈਟਰ, ਜੋ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਤੋਂ ਡਾਊਨਲੋਡ ਕਰਦੇ, ਲੇਕਿਨ ਇਹ ਜ਼ਿਆਦਾ ਔਖਾ ਨਹੀਂ ਹੈ, ਤੁਸੀਂ ਆਰਾਮ ਨਾਲ ਇਸ ਨੂੰ ਕੱਢ ਸਕਦੇ ਹੋ ਆਪਣੇ ਕਾਲ ਲੈਟਰ ਨੂੰ। ਉਮੀਦ ਕਰਦਾ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਧੰਨਵਾਦ।